ਅਸਲਾਮ ਵਾਲੇਕਮ ਦੋਸਤੋ, ਤੁਸੀਂ ਵੇਖ ਰਹੇ ਹੋ ਨੀਲੀ ਬ੍ਰੈਂਡ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਸਜਾਦ ਅਖਤਰ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਔਰ ਨਾਲ ਲੱਗੇ ਬੈੱਲ ਆਈਕੋਨ ਦੇ ਬਟਨ ਕਰੋ ਪ੍ਰੈਸ, ਤੱਕ ਸਾਡੀ ਨਵੀਂ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੇ ਮੇਰੇ ਵੀਰਾਂ ਭਰਾਵਾਂ ਤੱਕ ਬਆਸਾਨੀ, ਔਰ ਵੀਡੀਓ ਵੇਖੋ ਸਭ ਤੋਂ ਪਹਿਲੇ। ਅੱਜ ਭਰਾਵਾਂ ਦੇ ਨਜ਼ਰ ਜਨਾਬ ਦੋ ਮੱਝਾਂ ਦੀ ਵੀਡੀਓ ਲੈ ਕੇ ਆਏ ਹਾਂ। ਉਮੀਦ ਹੈ ਵੀ ਦੋਸਤਾਂ ਵੀਰਾਂ ਨੂੰ ਪਸੰਦ ਆਵੇਗੀ। ਮੱਝ ਨੰਬਰ ਇੱਕ ਵੀਰਾਂ ਦੇ ਸਾਹਮਣੇ ਟੁਰੀ ਫਿਰਦੀ ਹੈ, ਮਾਸ਼ਾਅੱਲਾ ਬੜਾ ਸੋਹਣਾ ਲਿਬਾਸ ਬਣਾਇਆ। ਦੂਸਰਾ ਸੁਬਾਹ ਇਸ ਮੱਝ ਨੇ ਸੁਣਿਆ ਜਨਾਬ ਵੀਰਾਂ ਦੀ ਨਜ਼ਰ, ਮੁੱਠ ਭਰ ਥਣ ਪੂਰੀ ਲੋਕੇਸ਼ਨ ਅਤੇ ਧੁੰਨੀ ਤੋਂ ਲੈ ਕੇ ਸਾਰ ਤੱਕ ਹਵਾਨਾ ਬਣਾਈ ਖਲੋਤੀ ਹੈ। ਮਾਸ਼ਾਅੱਲਾ ਟੁਰਦੀ ਫਿਰਦੀ ਲਾਜਵਾਬ ਤੋਹਫਾ, ਇੱਕ ਅੱਡੀ ਪੁੱਠਾ ਮਾਸ਼ਾਅੱਲਾ ਵੇਖ ਸਕੋ, ਥੱਬੇ ਜਿੰਨਾ ਚੌੜਾ। ਇਸ ਮੱਝ ਦੀ ਡਿਮਾਂਡ ਜਨਾਬ 390,000 ਰੁਪਇਆ, ਚਿੱਟੀ ਸਫੈਦ ਆਖੇ ਵੀਰਾਂ ਦੀ ਨਜ਼ਰ। ਟੋਟਲ ਮੱਝ ਦੋ ਮਹੀਆਂ ਨੇ ਧੁੰਨੀ ਕੋਟ ਤੋਂ ਬਿਲਕੁਲ ਪਾ ਕੇ ਮਾਸ਼ਾਅੱਲਾ। ਮੱਝ ਨੰਬਰ ਦੋ ਜਨਾਬ ਇਹ ਵੀਰਾਂ ਦੀ ਨਜ਼ਰ, ਪਹਿਲੀ ਝੋਟੀ ਨੇ ਵੀ ਦੂਸਰਾ ਸੁਬਾਹ ਸੋਣਾ ਸੀ, ਇਸ ਨੇ ਵੀ ਦੂਸਰਾ ਸੁਣਿਆ। ਸੋਣ ਦੇ ਵਿੱਚ ਹਲੇ ਤਕਰੀਬਨ ਹਫ਼ਤਾ ਹਫ਼ਤਾ ਲੈਂਦੀਆਂ ਨੇ। ਇਹ ਝੋਟੀ ਵੀਰਾਂ ਦੀ ਨਜ਼ਰ ਜਨਾਬ ਦੋ ਨੰਬਰ ਵੇਖ ਸਕਦੇ ਹੋ। ਮਾਸ਼ਾਅੱਲਾ ਪੰਡਾਂ ਲਾਈ ਖਲੋਤੀ, ਹਵਾਨੇ ਦੀਆਂ ਵੀ ਧੁੰਨੀ ਤੋਂ ਲੈ ਕੇ ਅਸਾਰ ਤੱਕ ਹਵਾਨਾ ਵੀਰਾਂ ਦੀ ਨਜ਼ਰ ਹੈ। ਦੋਵਾਂ ਝੋਟੀਆਂ ਥੱਲੇ ਮਾਲਕਾਂ ਦਾ ਕਹਿਣ ਹੈ ਕਿ ਜਨਾਬ 15-15 ਲੀਟਰ ਅਸੀਂ ਦੁੱਧ ਚੁਆ ਦਿਆਂਗੇ ਸੂਈਆਂ ਤੋਂ, ਕਿਉਂਕਿ ਪਹਿਲੇ ਸੂਏ ਦਾ 15-15 ਲੀਟਰ ਦੁੱਧ ਦੀ ਗਰੰਟੀ ਮਾਲਕਾਂ ਦੀ। ਇਨਸ਼ਾਅੱਲਾ ਮਜ਼ੀਦ ਹੁਣ ਵਧਣ ਗਿਆ। ਥਣ ਮਾਸ਼ਾਅੱਲਾ ਬੜਾ ਸੋਹਣਾ ਲੱਗਿਆ, ਲਾਟੂ ਵਾਲਾ ਥਣ, ਮੁੱਠ ਪਰ ਥਣ ਅਤੇ ਵੀਰਾਂ ਦੀ ਨਜ਼ਰ। ਇੱਕ ਅੱਡੀ ਕੁਹਾੜੇ ਤਰ੍ਹਾਂ ਉੱਚੀ, ਥੱਬੇ ਤੋਂ ਚੌੜਾ ਪੁੱਠਾ ਹੈ ਮਾਸ਼ਾਅੱਲਾ। ਲੋਕੇਸ਼ਨ ਸਾਡੀ ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਫ ਵਾਲਾ। ਆਰਫ ਵਾਲੇ ਤੋਂ ਤਕਰੀਬਨ 10-15 ਕਿਲੋਮੀਟਰ ਦੇ ਫਾਸਲੇ 'ਤੇ ਪਿਓਰ ਨੀਲੀ ਦੇ ਵਿੱਚ ਖੜੀਆਂ ਨੇ ਜਨਾਬ। ਝੋਟੀ ਵੇਖ ਸਕਦੇ ਹੋ, ਚਿੱਟੀ ਸਫੈਦ ਆਖੇ ਪੂਰੀ ਝੋਟੀ 'ਤੇ ਪਸ਼ਮ ਹੈ। ਇਹ ਝੋਟੀ ਨੰਬਰ ਦੋ ਹੈ ਜਨਾਬ। ਝੋਟੀ ਨੰਬਰ ਇੱਕ ਦੀ ਡਿਮਾਂਡ ਮਾਲਕਾਂ ਦੀ 390,000 ਰੁਪਇਆ। ਝੋਟੀ ਨੰਬਰ ਦੋ ਦੀ ਡਿਮਾਂਡ ਜਨਾਬ ਇਹ ਜਿਹੜੀ ਸਾਹਮਣੇ ਖੜੀ ਹੈ, 370,000 ਰੁਪਇਆ। ਮਜ਼ੀਦ ਇਹਦੇ ਵਿੱਚੋਂ 19-20 ਪਿਆਰ ਮੁਹੱਬਤ ਹੋ ਜਾਏਗਾ। ਵੀਰਾਂ ਦੀ ਨਜ਼ਰ ਨੇ ਝੋਟੀਆਂ ਮਾਸ਼ਾਅੱਲਾ। ਸਾਡਾ ਰਾਬਤਾ ਨੰਬਰ 0304-5544-153, ਇਹ ਸਾਡਾ ਵਟਸਐਪ ਨੰਬਰ ਹੈ, ਕਾਲ ਨੰਬਰ ਹੈ, ਈਮੋ ਨੰਬਰ ਹੈ ਜਨਾਬ। ਵੀਰਾਂ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਦੀ ਹੈ। ਮਾਸ਼ਾਅੱਲਾ ਸੋਹਣਾ ਜਾਨਵਰ ਲੱਭ ਤੇ ਆਈਂਦਾ। ਇਸੇ ਤਰ੍ਹਾਂ ਆਪਣੇ ਵੀਰ ਨੂੰ ਦਿਓ ਇਜਾਜ਼ਤ, ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ। ਅੱਲਾ ਹਾਫਜ਼। ਪਾਕਿਸਤਾਨ ਜ਼ਿੰਦਾਬਾਦ।